ਏਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ ਮੈਂ ਤੁਹਾਡਾ ਦੋ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਹਾਂ ਸ਼੍ਰੀ ਅੰਮ੍ਰਿਤਸਰ ਸਾਹਿਬ। ਪਿਛਲੇ ਦਿਨ ਇੱਕ ਖਬਰ ਕੀਤੀ ਸੀ ਜਿਸ ਦੇ ਵਿੱਚ ਇੱਕ ਔਰਤ ਅੱਧੀ ਰਾਤ ਨੂੰ ਫੇਸਬੁੱਕ 'ਤੇ ਲਾਈਵ ਹੋ ਕੇ ਇਹ ਕਹਿ ਰਹੀ ਸੀ ਕਿ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਘਰੋਂ ਕੱਢ ਦਿੱਤਾ ਹੈ ਔਰ ਉਹਨਾਂ ਨੇ ਜਿੰਦਰਾ ਲਾ ਲਿਆ ਵਗੈਰਾ ਵਗੈਰਾ। ਉਸ ਦੇ ਨਾਲ ਦੋ ਬੱਚੇ ਵੀ ਸਨ। ਲੇਕਿਨ ਉਸ ਦੀ ਅਪਡੇਟ ਵਾਸਤੇ ਸਾਡੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਪੱਤਰਕਾਰ ਧਰਮਵੀਰ ਗਿੱਲ ਨੇ ਅੱਜ ਉਹਨਾਂ ਲੋਕਾਂ ਤੱਕ ਪਹੁੰਚ ਕੀਤੀ ਹੈ ਜਿਨ੍ਹਾਂ ਲੋਕਾਂ 'ਤੇ ਇਲਜ਼ਾਮ ਲਾਏ ਸੀ। ਉਸ ਔਰਤ ਨੇ, ਉਹਨਾਂ ਦੀ ਨੂੰਹ ਨੇ ਇਹ ਇਲਜ਼ਾਮ ਲਾਏ ਸੀ ਕਿ ਮੈਨੂੰ ਰਾਤ ਨੂੰ ਘਰੋਂ ਬਾਹਰ ਕੱਢ ਦਿੱਤਾ। ਲੇਕਿਨ ਉਹਨਾਂ ਨੇ ਹੁਣ ਕੈਮਰੇ ਦੇ ਸਾਹਮਣੇ ਕੀ ਕਿਹਾ, ਸੁਣੋ ਤੁਸੀਂ। ਦਰਸ਼ਨ ਕੌਰ ਪਿੰਡ ਸੁਲਤਾਨ ਪਿੰਡ, ਮੇਰੀ ਭਾਜੀ ਔਰ ਰਾਣੀ ਭੁੱਲਰ ਨਿਰਚੈ ਮਨਦੀਪ ਕੰਮ ਕਰਦੇ ਸੀ ਸੱਭਿਆਚਾਰ ਦਾ। ਇਹਨਾਂ ਨੇ ਆਪਣੇ ਆਪ ਇਹਨਾਂ ਨੇ ਬਾਹਰ ਵਿਆਹ ਕਰਾਇਆ। ਵਿਆਹ ਕਰਨ ਤੋਂ ਬਾਅਦ ਇਹ ਤਰਨ ਤਾਰਨ ਰਹਿੰਦੇ ਆ। ਅਸੀਂ ਸਾਡੇ ਪਿੰਡ ਨਹੀਂ ਅਸੀਂ ਵੜਨ ਦਿੱਤਾ। ਇਹਨਾਂ ਦਾ ਉਦੋਂ ਤੋਂ ਝਗੜਾ ਚਾਲੂ ਹੋ ਗਿਆ। ਮੈਂ ਉਸ ਤੋਂ ਬਾਅਦ ਇਹਨੂੰ ਬੇਦਖਲ ਕਰ ਦਿੱਤਾ ਘਰ ਦੇ ਵਿੱਚ, ਨਹੀਂ ਮੈਂ ਵਾੜਿਆ। ਅਤੇ ਇਹ ਉੱਠਦੀ ਆ ਨਜਾਇਜ਼ ਸਾਨੂੰ ਤੰਗ ਪਰੇਸ਼ਾਨ ਕਰਦੀ। ਕਦੀ ਸਾਨੂੰ ਕਹਿੰਦੀ ਦਾਜ ਦਾ ਮੈਂ ਪਰਚਾ ਦਿੰਦੀ, ਮੇਰੇ ਕੋਲ ਦਾਜ ਮੰਗਦੀ ਆ। ਕਦੀ ਕਹਿੰਦੀ ਮੈਂ ਘਰ ਬਣਾ ਕੇ ਦਿੱਤਾ, ਕਦੀ ਆਉਂਦੀ ਮੈਂ ਗੱਡੀਆਂ ਘੋੜੇ ਲੈ ਕੇ ਦਿੱਤੇ ਆ। ਇਹ ਉੱਥੇ ਹੀ ਰਹਿਣ ਡਈ ਆ, ਇਹ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਨ ਡਈ ਆ। ਅਤੇ ਇਹ ਪਰਸੋਂ ਰਾਤ ਮੈਂ ਤਾਂ ਬਹੁਤ ਬਿਮਾਰ ਸੀ, ਮੇਰਾ ਬਲੱਡ ਵਧਿਆ ਹੋਇਆ ਸੀ। ਮੈਂ ਗਈ ਦਵਾਈ ਲੈਣ, ਬੱਚੇ ਗਏ ਕੰਮ ਕਰਨ, ਹਜੇ ਆਏ ਨਹੀਂ ਘਰ। ਉਹਨਾਂ ਤੋਂ ਬਾਅਦ ਤਾਲਾ ਲੱਗਾ, ਇਹ ਤਾਲਾ ਤੋੜਨਾ, ਤੋੜ ਕੇ ਅੰਦਰ ਵੜਨਾ ਚਾਹੁੰਦੀ ਸੀ। ਇਹ ਹੈ ਹੀ ਨਹੀਂ, ਝੂਠੇ ਸਾਰੇ ਸਾਡੇ ਭੈਣ ਭਰਾ ਨੂੰ ਪੁੱਛ ਲਓ, ਮੈਂ ਜੀ ਇੱਥੇ ਵੀ ਨਹੀਂ ਹੈਗੀ, ਮੇਰੇ ਦੋਵੇਂ ਬੱਚੇ ਸੀ। ਭਾਈ ਸੁਖਚੈਨ ਸਿੰਘ ਨਾਮ ਮੇਰਾ, ਪਿੰਡ ਸੁਲਤਾਨ ਪਿੰਡ ਪੱਤੀ ਦਾਦੂ ਜ਼ਿਲ੍ਹਾ। ਰਾਣੀ ਭੁੱਲਰ ਆ ਸਾਡੀ ਸਰ ਭਾਬੀ ਲੱਗਦੀ ਆ। ਵੱਡੇ ਭਰਾ ਨੇ ਲਵ ਮੈਰਿਜ ਕਰਾਈ ਹੋਏ, ਦੋਵਾਂ ਨੇ ਸੱਭਿਆਚਾਰ ਦਾ ਕੰਮ ਕਰਦੇ ਸੀਗੇ। ਅਤੇ ਪਰਸੋਂ ਰਾਤ ਇੱਦਾਂ ਹੋਇਆ ਕਿ ਜਾਣ ਕੇ ਅਸੀਂ ਘਰ ਦੇ ਵਿੱਚ ਹੀ ਨਹੀਂ ਹੈਗੇ ਸੀ। ਮੰਮੀ ਮੇਰੇ ਵੀ ਦਵਾਈ ਠੀਕ ਨਹੀਂ ਹੈਗੇ, ਉਹਨਾਂ ਬਲੱਡ ਕੱਢਿਆ, ਉਹ ਦਵਾਈ ਲੈਣ ਗਏ ਸੀ ਅਤੇ ਮਗਰੋਂ ਆਣ ਕੇ ਇਹਨੇ ਕਿਤੇ ਤਾਲਾ ਤੋੜਨਾ ਸ਼ੁਰੂ ਕੀਤਾ। ਗਵਾਨੀਆਂ ਨੇ ਇਹਨੂੰ ਰੋਕਿਆ ਅਤੇ ਉਹਨੇ ਗਵਾਨੀਆਂ ਨੂੰ ਵੀ ਬੜਾ ਮਾੜਾ ਚੰਗਾ ਬੋਲਿਆ ਵਾ। ਉਸ ਤੋਂ ਬਾਅਦ ਸਰ ਇੱਦਾਂ ਕਰਕੇ ਉਹਨੇ ਬਹੁਤ ਲਾਈਵ ਹੋ ਕੇ ਵੀਡੀਓ ਪਾਈਆਂ, ਬਹੁਤ ਲੋਕਾਂ ਨੇ ਸ਼ੇਅਰ ਉਹਨੂੰ ਬੜਾ ਕੁਛ ਬੋਲੇ ਆ। ਅਤੇ ਅਸੀਂ ਤਾਂ ਇਹ ਮੰਗਦੇ ਹਾਂ ਸਰਕਾਰ ਦੇ ਕੋਲੋਂ, ਪੰਜਾਬ ਪੁਲਿਸ ਦੇ ਕੋਲੋਂ, ਅਧਿਕਾਰੀਆਂ ਦੇ, ਕਿ ਸਰ ਸਾਡੇ ਨਾਲ ਬੇਇਨਸਾਫੀ ਨਾ ਹੋਵੇ। ਸਾਡੇ ਨਾਲ ਬਹੁਤ ਧੱਕਾ ਹੋ ਰਿਹਾ ਹੈ, ਕਿਉਂਕਿ ਉਹ ਕੱਲ੍ਹ ਦੀ ਉਦਣ ਦੀ ਲਾਈਵ ਹੁੰਦੀ ਪਈ ਮਿੰਟ ਮਿੰਟ ਦੇ। ਨਹੀਂ ਸਾਡਾ ਸਰ ਕੋਈ ਨਹੀਂ ਬੇਦਖਲੀ, ਸਾਡੀ ਮੰਮੀ ਨੇ ਉਦੋਂ ਦੀ ਕਰਾਈ ਹੋਈ ਆ, ਕਿਉਂਕਿ ਇਹਨਾਂ ਦਾ ਝਗੜਾ ਵਿਆਹ ਤੋਂ ਬਾਅਦ ਜਲਦੀ ਸ਼ੁਰੂ ਹੋ ਗਿਆ ਸੀ, ਉਦੋਂ ਦੇ ਬੇਦਖਲ ਹੈਗਾ ਹੈ ਸਰ। ਸਭ ਝੂਠਾ ਹੈਗਾ ਸਰ। ਸਰ ਉਹਦੇ ਵਿੱਚ ਇਹ ਗੱਲ ਹੋਈ ਆ ਕਿ ਉਹਨੇ ਸਾਨੂੰ ਕਿਹਾ ਵੀ ਇਹ ਦਾਜ ਮੰਗਦੇ, ਸਾਡੇ ਕੋਲ ਰਹਿੰਦੇ ਨਹੀਂ ਆ, ਸਾਡੇ ਕੋਲ ਰਹਿੰਦੇ ਨਹੀਂ, ਅਸੀਂ ਦਾਜ ਕਿੱਦਾਂ ਮੰਗਾਂਗੇ। 9 ਸਾਲ ਹੋ ਗਏ ਦੋਵੇਂ ਜੀ ਉੱਥੇ ਰਹਿੰਦੇ ਪਏ ਆ, ਉੱਥੇ ਰਹਿੰਦੇ। ਰਾਤੀ ਉਹਨੇ ਕਿਤੇ ਵੀਡੀਓ ਦੇ ਵਿੱਚ ਆਪਣਾ ਮਕਾਨ ਦੱਸਿਆ, ਉਸੇ ਮਕਾਨ 'ਚ ਹੀ ਰਹਿੰਦੇ ਪਏ ਆ ਉਹ ਦੋਨੋਂ ਜੀ। ਅਸੀਂ ਇਹੋ ਚਾਹੁੰਦੇ ਹਾਂ ਬਸ ਹੱਥ ਦੇਣਾ, ਇਨਸਾਫ ਕੀਤਾ ਜਾਵੇ ਸਰ। ਮੇਰਾ ਨਾਮ ਬੁਗਾ ਦਾ ਸ਼ਰਮਾ ਜੀ, ਮੈਂ ਜ਼ਿਲ੍ਹਾ ਪ੍ਰਧਾਨ ਡਿਸਟ੍ਰਿਕਟ ਜਨਤਾ ਦਲ ਯੂਨਾਈਟਿਡ ਸੁਲਤਾਨਪਿੰਡ ਪਿੰਡ ਵਾਸੀਆਂ ਨੂੰ ਪਤੀ ਦਾਦੂ ਜ਼ਿਲ੍ਹਾ। ਹਾਂਜੀ, ਅਸੀਂ ਇਹਨਾਂ ਤੋਂ ਤਕਰੀਬਨ 20 ਗਜ਼ ਪਿੱਛੇ ਇਹਨਾਂ ਦੇ ਨਾਲ ਸਾਡਾ ਘਰ ਵਾ, ਚੌਂਕ ਦੇ ਵਿੱਚ ਘਰ ਵਾ। ਅਸੀਂ ਖੰਭ ਪੈਂਦੀ ਸੁਣ ਕੇ ਵੇਖਿਆ, ਇਹਨਾਂ ਦੇ ਘਰ ਇੱਕ ਰਾਣੀ ਭੁੱਲਰ ਨਾਂ ਦੀ ਔਰਤ ਆਈ, ਜਿਹੜੀ ਕਿ ਇਹਨਾਂ ਦੀ ਜ਼ਮਾਨੇ ਕਈਆਂ ਦੀ ਦਵਾਨੀ ਕਿ ਇਹਨਾਂ ਨੂੰਹ ਆ, ਕੋਈ ਕਹਿੰਦਾ ਕੁਝ ਆ, ਸਾਨੂੰ ਨਹੀਂ ਪਤਾ। ਇਹ ਆ ਕਹਿੰਦੇ ਸਾਡੀ ਨੂੰਹ ਨੀਗੀ, ਆਪੇ ਹੀ ਅਸਲ ਇਹਨਾਂ ਦੇ ਮੁੰਡੇ ਨੇ ਕਿਤੇ ਵਿਆਹ ਕਰਾਇਆ। ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਸਾਡੇ ਮੁੰਡੇ ਨੇ ਆਪਣੇ ਹੁੰਦਰੇ ਹੋ ਕੇ ਸਾਡੀ ਮਰਜ਼ੀ ਤੋਂ ਬਿਨਾਂ ਹੀ ਸ਼ਾਦੀ ਕਰਾ ਚੁੱਕਾ 8-9 ਸਾਲ ਪਹਿਲਾਂ, ਅਸੀਂ ਉਸੇ ਵੇਲੇ ਮੁੰਡੇ ਨੂੰ ਬੇਦਖਲ ਕਰ ਦਿੱਤਾ ਵੀ ਕੋਈ ਸਾਡੇ ਨਾਲ ਐਸੀ ਅਣਹੋਣੀ ਘਟਨਾ ਨਾ ਹੋਵੇ ਜਿਹਦੇ ਸਾਡੀ ਆਨ ਸ਼ਾਨ ਦੇ ਉੱਤੇ ਕੋਈ ਉਹ ਜਾਵੇ। ਉਹ ਬਿਲਕੁਲ ਇੱਥੇ ਨਹੀਂ ਸੀ ਰਹਿੰਦੀ। ਅਸੀਂ ਇਸ ਕਰਕੇ ਸਾਡੀ ਬੇਨਤੀ ਹੈ ਸਰਕਾਰਾਂ ਅੱਗੇ, ਮੌਜੂਦਾ ਸਰਕਾਰਾਂ ਅੱਗੇ, ਅਸੀਂ ਵੀ ਰਿਸਪੋਂਸੀਬਲ ਸਿਟੀਜ਼ਨ ਹਾਂ ਵੀ ਇਹਨਾਂ ਦੇ ਉੱਤੇ ਘਸੀਟਾ ਤੂਆ ਘਸੀਟੀ ਨਾ ਹੋਵੇ। ਬਿਲਕੁਲ ਨਹੀਂ ਸੀ ਰਹਿੰਦੀ, ਅਸੀਂ ਇਹਨੂੰ ਬਿਲਕੁਲ ਨਹੀਂ ਜਾਣਦੇ, ਕਿਸੇ ਪੱਖੋਂ ਨਹੀਂ ਜਾਣਦੇ, ਕਦੀ ਨਹੀਂ ਸੀ ਇਹਨੂੰ ਵੇਖਿਆ ਆਉਂਦੀ ਜਾਂਦੀ ਨੂੰ। ਲੇਕਿਨ ਇਹ ਕੱਲ੍ਹ ਕਲੇਸ਼ ਕਲੂਸ਼ ਹੁੰਦਿਆਂ ਵੇਖ ਕੇ ਸੁਣਿਆ ਵੀ ਕੋਈ ਰਾਣੀ ਭੁੱਲਰ ਨਾਂ ਦੀ ਔਰਤ ਆਈ, ਇਹਨਾਂ ਦਾ ਜਿੰਦਰਾ ਤੋੜਨ ਦੀ ਕੋਸ਼ਿਸ਼ ਕੀਤੀ, ਨਹੀਂ ਹੋ ਪਾ ਰਹੀ। ਇਸ ਕਰਕੇ ਗੌਰਮੈਂਟ ਦੀਆਂ ਅੱਖਾਂ 'ਚ ਗੌਰਮੈਂਟ ਨੂੰ ਬਲੈਕਮੇਲ ਕਰਨ ਵਾਸਤੇ, ਐਡਮਿਨਿਸਟ੍ਰੇਟਰਾਂ ਨੂੰ ਬਲੈਕਮੇਲ ਕਰਨ ਵਾਸਤੇ, ਤਾਂ ਕਿ ਮੌਜੂਦਾ ਪੁਲਿਸ ਜਿਹੜੀ ਆ, ਮੌਜੂਦਾ ਹੁਕਮਰਾਨ ਜਿਹੜੇ ਆ, ਉਹ ਸਾਡੀ ਫੇਵਰ 'ਚ ਗੱਲ ਕਰਨ ਅਤੇ ਇਸ ਪਰਿਵਾਰ ਨੂੰ ਤਬਾਹ ਕਰ ਦੇਣ। ਬਸ ਸਿਰਫ ਇਹਦਾ ਨਿਸ਼ਾਨਾ ਹੋਈ ਪਰਿਵਾਰ, ਹਰ ਹਾਲਤ ਸੱਚਾ ਵਾ। ਇਸ ਵੇਲੇ ਦੁਖੀ ਹੋ ਕੇ ਇਹ ਰੋ ਰਿਹਾ ਵਾ, ਇਹਨਾਂ ਨੂੰ ਕੋਈ ਸੋਚ ਦੀ ਔੜ ਦੇ ਨਹੀਂ ਕੀ ਕਰੀਏ। ਸਾਡੀ ਤਾਂ ਰਿਕੁਐਸਟ ਆ, ਬੇਨਤੀ ਆ ਸਰਕਾਰ ਮੌਜੂਦਾ ਅੱਗੇ ਵੀ ਇਹਨਾਂ ਦੀ ਹਰ ਪੱਖੋਂ ਰਿਹਾਈ ਕੀਤੀ, ਆਪਣਾ ਹੱਕ ਰਸਾਈ ਕੀਤੀ ਜਾਵੇ। ਇਹ ਬਿਲਕੁਲ ਸੱਚੇ ਆ, ਸੁੱਚੇ ਆ, ਅਸੀਂ ਇਹਨਾਂ ਦੇ ਨਾਲ ਦੁੱਖ ਸੁੱਖ ਦੇ। ਇੱਕ ਲੜਕੀ ਆ ਰਣਜੀਤ ਕੌਰ, ਪੁੱਤਰੀ ਅਮਰੀਕ ਸਿੰਘ, ਪਤਨੀ ਮਨਦੀਪ ਸਿੰਘ ਦੀ ਹੈ। ਉਹ ਤਰਨ ਤਾਰਨ ਦੇ ਫੁਗਲ ਪਿੰਡੇ ਰਹਿਣ ਵਾਲੀ ਹੈ। ਉਹ ਕੱਲ੍ਹ ਰਾਤ ਵੀ ਆਏ ਸੀਗੇ ਕਿ ਮੈਂ ਇੱਥੇ ਵਿਆਹੀ ਹੋਈ ਹਾਂ। ਉਹਨੇ ਆਪਣੇ ਇੱਥੇ ਚੌਂਕ 'ਚ ਚਲੋ ਕੇ ਡਈ ਸੀ ਗੱਲਬਾਤ ਕਰਨੀ। ਸਾਨੂੰ ਫੋਨ ਆਇਆ, ਅਸੀਂ ਮੌਕੇ 'ਤੇ ਪਹੁੰਚੇ, ਜਾ ਕੇ ਉਹਨੇ ਸਾਨੂੰ ਇੱਕ ਰਿਫਾ ਦਿੱਤੀ ਆ ਆਪਣੇ ਸਹੁਰਿਆਂ ਦੇ ਅਗੇਂਸਟ। ਸਹੁਰੇ ਅਤੇ ਦੋ ਬੰਦੇ ਦਾ ਨਾਂ ਲਿਆ ਕਿ ਜਸਵਿੰਦਰ ਕੌਰ ਨਾਗਰਾ ਅਤੇ ਬਲਬੀਰ ਸਿੰਘ ਨਾਗਰਾ, ਵੀ ਜਿਹੜੇ ਮੇਰੀ ਲਾਈਫ ਨੂੰ ਖਰਾਬ ਕਰਦੇ ਆ।
ਜਿਹੜੀ ਹੈਗੀ ਉਹਦੇ ਸੰਬੰਧ ਦੇ ਵਿੱਚ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੋ ਜਿਹਾ ਜੇ ਜਿਹਦਾ ਕਸੂਰ ਪਾਇਆ ਜਾਊਗਾ ਉਹਦੇ ਅਗੇਂਸਟ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਅੱਜ ਉਹਨੇ ਮੇਰੀ ਉਹਨਾਂ ਨਾਲ ਗੱਲ ਹੋਈ ਹੈ ਘਰ ਦੇ ਉਹਦੇ ਉਹਨਾਂ ਕਿਹਾ ਵੀ ਅਸੀਂ ਬੇਦਖਲ ਕੀਤਾ ਪਰ ਸਾਨੂੰ ਕੋਈ ਡਾਕੂਮੈਂਟ ਪੇਸ਼ ਨਹੀਂ ਕੀਤੇ ਉਹਨਾਂ ਬੇਦਖਲੀ ਦੇ ਕੋਈ ਵੀ ਜਾਂਚ ਪੜਤਾਲ ਕਰ ਰਹੇ ਹਾਂ ਜੀ ਅਸੀਂ ਜਿਹਦੇ ਅਗੇਂਸਟ ਵੀ ਕਾਰਵਾਈ ਆ ਗਈ ਉਹਨੂੰ ਉਹ ਕਰਾਂਗੇ ਜੀ ਜਿਹਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਊਗੀ ਜੇ ਜਿਹੜਾ ਜੁਰਮ ਨਿਕਲਿਆ। ਸੋ ਦੋਸਤੋ ਇਹ ਤਾਂ ਤੁਸੀਂ ਸੁਣਿਆ ਕਿ ਰਣਜੀਤ ਕੌਰ ਭੁੱਲਰ ਦੇ ਸਹੁਰੇ ਪਰਿਵਾਰ ਨੂੰ ਉਹਨਾਂ ਨੇ ਜੋ ਵੀ ਕਿਹਾ ਕਿ ਕੁਛ ਗੁਆਂਢੀਆਂ ਨੇ ਵੀ ਇਹ ਗੱਲ ਕਹੀ ਹੈ ਕਿ ਇਸ ਲੜਕੀ ਨੂੰ ਅਸੀਂ ਪਹਿਲਾਂ ਕਦੇ ਨਹੀਂ ਵੇਖਿਆ ਔਰ ਅਸੀਂ ਚਾਹੁੰਦੇ ਹਾਂ ਕਿ ਇਸ ਪਰਿਵਾਰ ਨੂੰ ਪੂਰੀ ਤਰ੍ਹਾਂ ਇਨਸਾਫ ਮਿਲੇ। ਲੇਕਿਨ ਇਨਸਾਫ ਮੰਗਣ ਵਾਲਿਆਂ ਤੋਂ ਇਹ ਜ਼ਰੂਰ ਹੈ ਕਿ ਇਹਨਾਂ ਨੇ ਆਪਣਾ ਪੱਖ ਰੱਖ ਦਿੱਤਾ। ਲੇਕਿਨ ਈਵਨ ਪੰਜਾਬੀ ਚੈਨਲ ਨੇ ਰਣਜੀਤ ਕੌਰ ਭੁੱਲਰ ਮੈਡਮ ਦੇ ਨਾਲ ਜਿਹੜੀ ਕਿ ਰਾਤ ਨੂੰ ਉਸ ਦਿਨ ਆਪਣੀ ਫੇਸਬੁੱਕ 'ਤੇ ਲਾਈਵ ਹੋਈ ਸੀ ਜਿਸ ਦਾ ਇਹ ਦੋਸ਼ ਸੀਗਾ ਸਹੁਰੇ ਪਰਿਵਾਰ 'ਤੇ ਕਿ ਇਹਨਾਂ ਨੇ ਰਾਤ ਨੂੰ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਔਰ ਮੇਰੇ ਬੱਚਿਆਂ ਨੂੰ ਘਰੋਂ ਬਾਹਰ ਕੱਢ ਦਿੱਤਾ। ਖੁਦ ਈਵਨ ਪੰਜਾਬੀ ਚੈਨਲ ਨਾਲ ਜੁੜ ਗਏ ਨੇ ਜੀ ਮੈਡਮ ਰਣਜੀਤ ਕੌਰ ਭੁੱਲਰ ਜੀ। ਗੁਆਂਢੀ ਵੀ ਇਹ ਕਹਿ ਰਿਹਾ ਕਿ ਇਸ ਔਰਤ ਨੂੰ ਅਸੀਂ ਪਹਿਲਾਂ ਕਦੇ ਨਹੀਂ ਵੇਖਿਆ। ਸਰ ਦੇਖੋ ਝੂਠ ਬੋਲ ਰਹੇ ਆ, ਠੀਕ ਹੈ ਸਰ। ਦੇਖੋ ਮੈਂ ਸਰ 11 ਤਰੀਕ ਨੂੰ ਕੋਰਟ ਤੋਂ ਆਈ ਸੀ ਜੱਜ ਸਾਹਿਬ ਨੂੰ ਕਹਿ ਕੇ ਕਿ ਮੇਰਾ ਹਸਬੈਂਡ 4 ਮਹੀਨੇ ਤੋਂ ਕਿਸੇ ਸਾਹਮਣੇ ਨਹੀਂ ਆ ਰਿਹਾ, ਨਾ ਉਹ ਪੁਲਿਸ ਵਾਲਿਆਂ ਨੇ ਬੁਲਾਇਆ ਸਰ, ਨਾ ਉਹਨਾਂ ਦੇ ਸਾਹਮਣੇ ਆਇਆ, ਨਾ ਸਰ ਉਹ ਮਤਲਬ ਪੰਚਾਇਤ ਲੈ ਕੇ ਗਈ ਮੈਂ 5-6 ਵਾਰੀ ਤੇ ਜੱਸੀ ਨਾਗਰਾ ਦੇ ਘਰ ਬਲਵੀਰ ਨਾਗਰਾ ਔਰ ਜੋ ਵਕੀਲ ਹੈ ਸਰ ਉਹਨਾਂ ਦਾ ਬਾਜਵਾ ਸਾਹਿਬ ਵਕੀਲ ਉਹਨਾਂ ਦੇ ਘਰ ਵੀ ਸਰ ਰਿਕੁਐਸਟ ਕਰਨ ਗਿਆ ਵੀ ਚਲੋ ਮੇਰੇ ਬੱਚੇ ਛੋਟੇ ਆ, ਦੇਖੋ ਏਦਾਂ ਮੇਰੇ ਨਾਲ ਨਾ ਕਰੋ। ਤੇ ਔਰ ਸਰ ਮੈਂ ਇੱਕ ਹੋਰ ਦੱਸਣਾ ਚਾਹੁੰਦੀ ਆ ਕਿ ਮੈਂ ਅੱਤਵਾਦ ਵੱਲੋਂ ਪੀੜਤ ਔਰਤਾਂ, ਕਿਉਂਕਿ ਮੇਰੇ ਮਾਤਾ ਪਿਤਾ ਦੀ ਡੈਥ ਹੋ ਗਈ ਸੀ, ਮੇਰੇ ਬ੍ਰਦਰ ਦੀ ਵੀ, ਜੋ ਸਰ ਮੇਰੀ ਜ਼ਮੀਨ ਸੀ ਉਹਦਾ ਕਰਕੇ ਇਹਨਾਂ ਨੇ ਮੇਰੀ ਠੱਗੀ ਨਾਲ ਮੇਰੇ ਨਾਲ ਮੈਰਿਜ ਕਰਵਾਈ ਮੇਰੇ ਹਸਬੈਂਡ ਨੇ। ਤੁਹਾਡੀ ਲਵ ਮੈਰਿਜ ਹੋਈ ਹੈ ਮੈਡਮ? ਨਹੀਂ ਨਹੀਂ ਸਰ, ਇਹ ਝੂਠ ਹੈ, ਮੇਰੀ ਅਰੇਂਜ ਮੈਰਿਜ ਹੋਈ ਹੈ ਸਰ। ਦੇਖੋ ਮੇਰੇ ਫਾਦਰ ਬਣੇ ਆ ਕਸ਼ਮੀਰੀ ਲਾਲ ਸਟੇਟ ਬੈਂਕ ਤੋਂ ਸਰ, ਉਹਨਾਂ ਨੇ ਮੇਰੀ ਮੈਰਿਜ ਕੀਤੀ, ਠੀਕ ਹੈ। ਔਰ ਮੇਰੀ ਨਾਨੀ ਸੀ, ਹੋਰ ਸਾਰੇ ਮੌਜੂਦਾ ਸੀ ਸਰ। ਮੈਂ ਫੇਰ ਆਪਣੀ ID ਤੇ ਫੋਟੋਆਂ ਵੀ ਦਿਖਾ ਰਹੀ ਹਾਂ ਸਾਰਾ ਕੁਛ, ਕਿ ਮੇਰੀ ਸੱਚਾਈ ਹੈ, ਮੈਂ ਕੋਈ ਝੂਠੀ ਔਰਤ ਨਹੀਂ ਹੈ, ਸਾਰਾ ਬਕਵਾਸ ਕਰ ਰਿਹਾ, ਝੂਠ ਬੋਲ ਰਿਹਾ। ਦੇਖੋ ਸਰ ਮੇਰੇ ਨਾਲ ਬਹੁਤ ਧੱਕਾ ਹੋਇਆ। 11 ਤੋਂ ਪਹਿਲਾਂ ਤੁਸੀਂ ਕਦੋਂ ਆਉਂਦੇ ਜਾਂਦੇ ਰਹੇ ਹੋ ਇਹਨਾਂ ਦੇ ਘਰ? ਸਰ ਮੈਂ ਪਹਿਲਾਂ ਵੀ ਮੈਰਿਜ ਤੇ 1-2 ਵਾਰ ਆਈ ਸੀ ਸਰ, ਮਤਲਬ 2008 ਚ ਮੈਰਿਜ ਹੋਈ ਸੀ ਤੁਹਾਡੀ? ਹਾਂਜੀ ਸਰ, 2008 ਤੋਂ ਲੈ ਕੇ 2018 ਦੇ ਵਿੱਚ 2-4 ਵਾਰੀ ਆਏ ਹੋ ਤੁਸੀਂ? ਨਹੀਂ ਨਹੀਂ ਸਰ, ਮੈਂ ਬਹੁਤ ਵਾਰੀ ਆਈ ਆ, ਪਰ ਮੈਨੂੰ ਇਹ ਇਹਨਾਂ ਨੇ ਜਾਤੀ ਮੈਨੂੰ ਲਗਾਈ ਸੀ ਕਿ ਇਹਨਾਂ ਦੀ ਜਿਹੜੀ ਬਰਾਦਰੀ ਦੱਸੀ ਜਾਂਦੀ ਸੀ ਕਿ ਜੱਟ ਸਿੱਖ ਹੈ, ਜੋ ਨਾਗਰਾ ਹੈ ਉਹ ਜੱਟ ਸਿੱਖ ਸੀ, ਉਹਨੇ ਨਕਲੀ ਬਣ ਕੇ ਸਾਰਾ ਕੁਛ ਵਿਆਹ ਸਮੇਂ ਮਾਂ ਪਿਓ ਹੋਰ ਦਿਖਾ ਲਿਆ ਸੀ, ਪਰ ਸਰ ਨਿਕਲਿਆ ਕੋਈ ਹੋਰ ਸੀ। ਤੇ ਸਰ ਮੌਕੇ ਤੇ ਜਦੋਂ ਹੁਣ ਵੇਖੋ ਉਹਦੇ ਕਿੰਨਾ ਝਟਕਾ ਲੱਗਦਾ ਕਿ ਇੱਕ ਜੱਟ ਸਿੱਖ ਦੀ ਧੀ ਮਹਿਰੇ ਸਿੱਖ ਨਾਲ ਮੈਰਿਜ ਹੋ ਜਾਏ ਤੇ ਕਿੰਨਾ ਔਖਾ ਲੱਗਦਾ ਮੇਰੇ ਵਾਸਤੇ ਬਰਦਾਸ਼ਤ ਕਰਨਾ ਵੀ, ਪਰ ਮੈਂ ਸਰ ਸਭ ਕੁਛ ਜਾ ਰਹੀ ਹਾਂ ਆਪਣੇ ਬੱਚਿਆਂ ਦੀ ਖਾਤਰ। ਨਹੀਂ ਮਤਲਬ ਤੁਹਾਡੀ ਅਣਬਣ ਕਿਉਂ ਹੋ ਗਈ, ਕੀ ਕਾਰਨ ਹੈ ਕਿ ਸਾਰਾ ਪਰਿਵਾਰ ਤੁਹਾਨੂੰ ਮਤਲਬ ਘਰ ਰੱਖਣ ਲਈ ਤਿਆਰ ਨਹੀਂ ਸੀਗਾ, ਕੀ ਕਾਰਨ ਸੀਗਾ? ਸਰ ਅਣਬਣ ਇਹ ਸੀ ਕਿ ਸਰ ਮੇਰੀ ਜਾਇਦਾਦ ਦਾ ਕਰਕੇ ਘਰ ਜਵਾਈ ਬਣ ਕੇ ਰਹਿ ਰਿਹਾ ਸੀ ਮੇਰੇ ਕੋਲ ਸਰ, ਪਿਛਲੇ 10 ਸਾਲ ਤੋਂ, 2008 ਚ ਮੈਰਿਜ ਹੋਈ, 10 ਸਾਲ ਤੋਂ ਇਹ ਸਰ ਮੇਰੇ ਘਰ ਰਹਿ ਰਿਹਾ ਸੀ ਔਰ ਮੈਨੂੰ ਲੁੱਟ ਰਿਹਾ ਸੀ, ਖਾ ਰਿਹਾ ਸੀ। ਜੱਸੀ ਨਾਗਰਾ ਠੱਗ ਬੰਦੇ ਨੇ ਬਲਵੀਰ ਸਿੰਘ, ਇਹਨਾਂ ਨੇ ਬਹੁਤ ਪ੍ਰੋਪਰਟੀ ਮੇਰੀ ਖਾਧੀ। ਇਹ ਬੰਦੇ ਇੱਕ ਪਹਿਲਾਂ ਕਿਰਾਏ ਤੇ ਰਹੇ ਸੀ 97 ਡਾਣ ਕੇ ਸਰ, ਇਹ ਨਿਕਲ ਕੇ ਆਈ ਹੋਈ ਔਰਤ ਆ ਜਸਵਿੰਦਰ ਨਾਗਰਾ, ਬਲਵੀਰ ਦੇ ਨਾਗਰਾ। ਜਸਵਿੰਦਰ ਨਾਗਰਾ ਤੇ ਬਲਵੀਰ ਨਾਗਰਾ ਕੌਣ ਨੇ? ਇਹ ਸਰ ਕੋਈ ਹਸਬੈਂਡ ਵਾਈਫ ਨਹੀਂ ਹੈ ਸਰ, ਇਹ ਪਿੱਛੋਂ ਇੱਧਰ ਨਵੇਂ ਸ਼ਹਿਰ ਤੋਂ ਹੈ, ਅਨੰਦਪੁਰ ਸਾਹਿਬ ਤੋਂ ਸਰ। ਜੇ ਤੁਸੀਂ, ਮੈਂ ਤੁਹਾਨੂੰ ਬਾਅਦ ਵਿੱਚ ਵੀ ਕਾਲ ਕਰਾਂਗੀ, ਦੱਸਾਂਗੀ ਇਹ ਨਾਗਰਾ ਦਾ ਕਿਹੜਾ ਪਿੰਡ ਸੀ, ਕਿੱਦਾਂ ਨਿਕਲ ਕੇ ਆਈ ਇਹਨਾਂ ਬਲਵੀਰ ਨਾਗਰਾ ਨਾਲ। ਫਿਲਹਾਲ ਆਪਾਂ ਤਾਂ ਇਸ ਵਿਸ਼ੇ ਤੇ ਗੱਲ ਕਰੀਏ ਕਿ ਉਹ ਲੋਕ ਤੁਹਾਨੂੰ ਉਹਨਾਂ ਨੇ ਪਹਿਲਾਂ ਕਦੇ ਨਹੀਂ ਵੇਖਿਆ। ਇਹ ਸਰ ਝੂਠ ਬੋਲ ਰਹੇ ਆ ਸਾਰੇ, ਦੇਖੋ ਇਹ ਸਾਰੀ ਇਹਨਾਂ ਦੀ ਝੂਠੀ ਸਟੋਰੀ ਆ। ਦੇਖੋ ਮੇਰੇ ਨਾਲ 10 ਸਾਲ ਉਹ ਬੰਦਾ ਰਿਹਾ ਹੈਗਾ ਜੀ। ਮੈਂ ਫੋਟੋਆਂ ਸ਼ੋਅ ਕਰ ਦਾਂਗੀ ਆਪਣੇ ਸਹੁਰੇ ਪਰਿਵਾਰ ਦੀਆਂ ਸਾਰਾ ਕੁਛ ਸਰ, ਮੈਂ ਪਹਿਲੀ ਵਾਰ ਤੇ ਫੋਟੋ ਆਪਣੀ ਫੇਸਬੁੱਕ ਤੇ ਪਾਵਾਂਗੀ ਸਰ, ਆਪਣੀ ਹਰਪ੍ਰੀਤ ਨਨਾਣ ਦੀ ਜੋ ਮੇਰੇ ਬੇਟੇ ਸਮੇਂ ਆਈ ਆ, ਬੇਟਾ ਜਦੋਂ ਹੋਇਆ ਮੇਰੀ ਸੱਸ ਆਈ ਆ ਸਰ। ਇਹ ਸਾਰਾ ਝੂਠ ਬੋਲ ਰਿਹਾ ਮੈਨੂੰ, ਬਸ ਇੱਕ ਮੇਰਾ ਮਾਂ ਪਿਓ ਨਾ ਹੋਣ ਕਰਕੇ ਮੈਨੂੰ ਪਰੇਸ਼ਾਨ ਕਰਨ ਦੇ। ਰਣਜੀਤ ਮੈਡਮ ਇੱਕ ਗੱਲ ਹੈ ਕਿ ਉਸ ਰਾਤ ਤੁਸੀਂ ਆਲਰੇਡੀ ਪਹਿਲਾਂ ਆਏ ਹੋਏ ਸੀਗੇ ਕਿ ਤੁਹਾਨੂੰ ਉਹਨਾਂ ਨੇ ਜ਼ਬਰਦਸਤੀ ਘਰੋਂ ਬਾਹਰ ਕੱਢਿਆ? ਨਹੀਂ ਨਹੀਂ ਸਰ, ਮੈਂ ਆਈ ਹੋਈ ਸੀ, ਮੇਰਾ ਹਸਬੈਂਡ ਦੀ ਵੀਡੀਓ ਪਈ ਹੈ, ਮੈਂ ਮਨਦੀਪ ਮਹਿਰਾ, ਉਹਦੀ ਤੁਸੀਂ ਫੇਸਬੁੱਕ ਖੋਲੋ ਸਰ, ਖੁਦ ਦੱਸ ਰਿਹਾ ਇਹ ਜਨਾਨੀ ਮੇਰੇ ਘਰ 2 ਦਿਨ ਰਹਿੰਦੀ ਸੀ, ਮੇਰੀ ਮਾਂ ਨੇ ਰੋਟੀ ਪਾਣੀ ਖਵਾਇਆ, ਇਹਨੇ ਮੇਰੇ ਘਰੋਂ ਏਦਾਂ ਤਾਲਾ ਤੋੜਨਾ। ਦੱਸੋ ਮੈਂ ਜਦੋਂ ਉਹਦੇ ਖੁਦ ਘਰ ਰਹੀ ਹਾਂ, ਖੁਦ ਦੱਸ ਰਿਹਾ ਹੈ ਕਿ 11 ਤਰੀਕ ਤੋਂ ਮੇਰੀ ਵਾਈਫ ਮੇਰੇ ਘਰ ਰਹਿ ਰਹੀ ਆ, ਤੇ ਫਿਰ ਮੈਂ ਕਿੱਦਾਂ ਅੰਦਰ ਵੜਨ ਦੀ ਕੋਸ਼ਿਸ਼ ਕਰ ਸਕਦੀ ਹਾਂ ਸਰ?
ਮੈਂ ਫਿਰ ਸਰ ਆਪਣੀ ਫੇਸਬੁੱਕ ਆਈਡੀ ਤੇ ਬੋਲ ਰਹੀ ਹਾਂ ਕਿ ਮੇਰਾ ਪਰਸ ਆ, ਮੇਰਾ ਵਿੱਚ ਚਾਬੀ ਆ, ਮੋਪੜ ਦੀ, ਮੇਰੇ ਨਾਲ ਨਾ ਧੱਕਾ ਨਾ ਕਰੋ ਸਰ। ਇਹਨਾਂ ਨੇ ਮੈਨੂੰ ਬਹੁਤ ਧੱਕਾ ਕੀਤਾ ਸਰ, ਮੈਨੂੰ ਰਾਤ 11:30 ਬਾਹਰ ਕੱਢਿਆ ਸਰ। ਸਰ ਮੈਨੂੰ ਬਹੁਤ ਧੱਕਾ ਕੀਤਾ, ਝੂਠ ਬੋਲ ਰਿਹਾ ਸਾਰਾ ਕੁਛ ਸਰ। ਅਜੇ ਤੱਕ ਮੇਰੇ ਬੱਚੇ ਦੇ ਕੱਪੜੇ ਵੀ ਅੰਦਰ ਹੈ, ਔਰ ਦੁੱਧ ਪੀਣ ਵਾਲੀ ਬੋਤਲ ਵੀ ਸਰ, ਪਾਣੀ ਵਾਲਾ ਕੱਪ, ਸਾਰਾ ਕੁਛ ਮੇਰਾ ਇਹਨਾਂ ਦੇ ਘਰ ਪਿਆ ਹੋਇਆ, ਮੇਰੇ ਬੱਚੇ ਦੇ ਕੱਪੜੇ ਪਏ ਹੋਏ ਆ, ਸਭ ਕੁਛ ਝੂਠ ਸਰ ਬੋਲ ਰਿਹਾ ਹੈ। ਚਾਹੁੰਦੇ ਕੀ ਹੋ ਤੁਸੀਂ ਮੈਡਮ ਹੁਣ? ਚਾਹੁੰਦੇ ਕੀ ਹੋ ਤੁਸੀਂ? ਇਨਸਾਫ ਚਾਹੁੰਦੀ ਹਾਂ ਸਰ, ਮੈਂ ਆਪਣੇ ਸਹੁਰੇ ਪਰਿਵਾਰ ਨੂੰ ਸਜ਼ਾ ਦਿਵਾਉਣੀ ਚਾਹੁੰਦੀ, ਜੋ ਮੇਰਾ 25 ਲੱਖ ਰੁਪਇਆ ਇਹਨਾਂ ਨੇ ਖਾਧਾ, ਜਸਵਿੰਦਰ ਨਾਗਰਾ, ਬਲਵੀਰ ਨਾਗਰਾ ਨੇ, ਤੇ ਔਰ ਇਹਨਾਂ ਨੇ ਮੇਰੇ ਕੋਲ ਗੱਡੀਆਂ ਦੀ ਮੰਗ ਰੱਖੀ ਸਰ। ਮੈਂ ਆਪਣੀ ਫੇਸਬੁੱਕ ਆਈਡੀ ਤੇ ਆਪਣੀਆਂ ਗੱਡੀਆਂ ਬਕਾਇਦਾ ਸ਼ੋਅ ਕਰ ਰਹੀ ਹਾਂ, ਜੋ ਇਹਨਾਂ ਨੇ ਮੇਰੇ ਕੋਲ ਲਈਆਂ ਹੋਈਆਂ ਹੈ। ਸਰ ਮੈਂ ਬਹੁਤ ਤੰਗ ਪਰੇਸ਼ਾਨ ਆਪਣੇ ਸਹੁਰੇ ਪਰਿਵਾਰ ਤੋਂ, ਔਰ ਮੈਨੂੰ ਇਹਨਾਂ ਤੋਂ ਹੁਣ ਖਤਰਾ ਵੀ ਹੈ ਸਰ। ਮੈਂ ਇਹਨਾਂ ਨੇ ਮੈਨੂੰ ਇੰਨੀਆਂ ਕੁ ਸੱਟਾਂ ਦਿੱਤੀਆਂ, ਮੇਰੀਆਂ ਬਾਹਾਂ ਤੇ ਜ਼ਖਮ, ਕਾਚੂਆਂ ਦੇ ਨਾਲ ਮੈਨੂੰ ਅੰਦਰ ਵਾੜਨਾ ਸਰ, ਮੈਨੂੰ ਕੁੱਟ ਮਾਰ ਕਰਦੀ, ਮੇਰੇ ਘਰਦਿਆਂ ਦੇ ਸਾਰੇ ਤਾਲੇ ਲੋਕ ਟੁੱਟੇ ਹੋਏ, ਹੈਂਡਲ ਸਰ ਮੈਂ ਆਪਣੀ ਕੋਠੀ ਦਿਖਾ ਲਈ ਆ ਲਾਈਵ ਹੋ ਕੇ, ਕਿਹਾ ਵੇਖੋ ਮੇਰੇ ਕਿਸੇ ਦਰਵਾਜ਼ੇ ਨੂੰ ਲੋਕ ਨਹੀਂ ਹੈਗਾ, ਇਹਨੇ ਮੇਰੇ ਹਸਬੈਂਡ ਨੇ ਤੋੜ ਤੋੜ ਕੇ ਮੈਨੂੰ ਇੰਨਾ ਕੁੱਟਿਆ। ਫਿਰ ਸਰ ਲੇਡੀਜ਼ ਦੇ ਨਾਲ ਮੇਰੇ ਸਾਹਮਣੇ ਸਾਰਾ ਕੁਛ, ਕੰਮ ਵਾਲੀ ਮੈਂ ਸਰ ਰੱਖਦੀ ਸੀ ਆਪਣੀ ਲੋੜ ਵਾਸਤੇ, ਕਿ ਵੇਖੋ ਮੈਂ ਸਿੰਗਰ ਸੀ, ਮੈਨੂੰ ਜਾਣਾ ਆਉਣਾ ਪੈਂਦਾ ਸੀ, ਤੇ ਜਿਹੜੀ ਕੁੜੀ ਕੰਮ ਵਾਲੀ ਰੱਖਦੀ ਸੀ ਉਹਦੇ ਨਾਲ ਵੀ ਇਹ ਗਲਤ ਰਿਲੇਸ਼ਨ ਬਣਾਉਂਦਾ ਸੀ, ਰਾਤ ਨੂੰ ਉਹਨੂੰ ਵੀ ਬੈੱਡ ਤੇ ਲੰਮੇ ਪਾਉਂਦਾ ਸੀ ਇਨਸਾਨ ਮੇਰੀਆਂ ਅੱਖਾਂ ਦੇ ਸਾਹਮਣੇ। ਸਰ ਮੈਂ ਬਹੁਤ ਕੁਛ ਜਰਿਆ ਸਿਰਫ ਇੱਕ ਸਿੰਗਰ ਹੋਣ ਦੇ ਨਾਤੇ, ਦੇਖ ਜੇ ਮੈਂ ਮੀਡੀਆ ਦੇ ਸਾਹਮਣੇ ਆ ਗਈ, ਮੇਰਾ ਜਿਹੜਾ ਮਾਰਕੀਟ, ਮੇਰਾ ਨਾਂ ਹੈ, ਮੈਂ ਬਸ ਖਤਮ ਹੋ ਜਾਗੀ। ਇਸ ਕਰਕੇ ਸਰ ਮੈਂ 10 ਸਾਲ ਜਰਦੀ ਰਹੀ ਹਾਂ ਕਿ ਮੇਰਾ ਨਾਂ ਹੈ। ਮੈਡਮ ਇਹ ਦੱਸੋ ਕਿ ਇਹਨਾਂ ਨੇ ਤੁਹਾਨੂੰ ਆਪਣੀ ਨੋਹ ਮੰਨਦੇ ਆ ਤੁਹਾਡੀ, ਕਿ ਇਹ ਸਾਡੀ ਨੋਹ ਹੈ? ਹਾਂਜੀ ਸਰ, ਬਕਾਇਦਾ ਵੇਖੋ ਖਬਰ ਲੱਗੀ ਹੈ ਕਿ ਸਾਡੀ ਨੂੰਹ ਸਾਨੂੰ ਤੰਗ ਪਰੇਸ਼ਾਨ ਕਰ ਰਹੀ ਹੈ। ਇੱਕ ਬੰਨੇ ਤੇ ਮੈਨੂੰ ਇਹ ਕਹਿ ਰਹੇ ਸਾਡੀ ਨੂੰਹ ਤੰਗ ਪਰੇਸ਼ਾਨ ਕਰ ਰਹੀ ਹੈ, ਇੱਕ ਬੰਨੇ ਸਰ ਕਹਿ ਰਹੇ ਝੂਠੀਆਂ ਕੰਪਲੇਂਟਾਂ ਕਰ ਰਹੀ ਹੈ, ਸਰ ਇਹ ਝੂਠੇ ਆ। ਆਖਰ ਵਿੱਚ ਕੀ ਕਹਿਣਾ ਚਾਹੁੰਦੇ ਹੋ ਰਣਜੀਤ ਮੈਡਮ? ਮੈਂ ਸਰ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਇਨਸਾਫ਼ ਦਿੱਤਾ ਜਾਵੇ, ਜੋ ਮੇਰੇ ਬੱਚੇ 4 ਮਹੀਨੇ ਤੋਂ ਧੱਕੇ ਖਾ ਰਹੇ, ਰੋਲ ਰਹੇ ਆ, ਔਰ ਜਿਹੜਾ ਮੇਰਾ ਹਸਬੈਂਡ ਬਿਨਾਂ ਵਾਜ਼ ਤਲਾਕ ਤੋਂ, ਅਡਵੋਰਸ ਤੋਂ ਉਹ ਕਿਸੇ ਲੇਡੀਜ਼ ਨਾਲ ਰਹਿ ਰਿਹਾ ਹੈ ਸਰ, ਉਹਨੇ ਸਿਮ ਨਵਾਂ ਲਿਆ ਹੈ, ਉਹ ਦੱਸੋ ਕੀ ਕਾਰਨ ਆ ਸਿਮ ਰੱਖਣ ਦਾ, ਜਦੋਂ ਬੱਚਿਆਂ ਨੂੰ ਫੋਨ ਨਹੀਂ ਕਰਨਾ, ਬੱਚਿਆਂ ਦਾ ਹਾਲ ਚਾਲ ਨਹੀਂ, ਇੱਕ 1.5 ਮਹੀਨੇ ਦਾ ਬੱਚਾ ਰੋਲ ਲਿਆ ਹੈ। ਮੇਰਾ ਪ੍ਰੇਟ ਹੋਇਆ ਜਦੋਂ ਕਿ ਮੈਂ ਪੈਸਾ ਕਮਾਉਂਦੀ ਸੀ, ਉਦੋਂ ਰਣਜੀਤ ਰਾਣੀ ਚੰਗੀ ਸੀ, ਦੇਖੋ ਜਦੋਂ ਮੈਨੂੰ ਮੇਰੇ ਹਸਬੈਂਡ ਦੀ ਜ਼ਰੂਰਤ ਸੀ ਉਦੋਂ ਤੇ ਛੱਡ ਕੇ ਚਲ ਗਿਆ। ਗੱਲ ਇਸ ਤਰ੍ਹਾਂ ਹੈ ਕਿ ਅਸੀਂ ਤਾਂ ਚਾਹੁੰਦੇ ਹਾਂ ਕਿ ਤੁਹਾਨੂੰ, ਜੇ ਮੈਂ ਗੰਦੀ ਔਰਤ ਸੀ ਸਰ, ਜੇ ਮੈਂ ਗੰਦੀ ਔਰਤ ਸੀ ਤੇ ਦੇਖੋ 8 ਸਾਲ ਦੀ ਮੇਰੀ ਬੇਟੀ ਸੀ ਤੇ ਦੂਜਾ ਬੱਚਾ ਕਿਉਂ ਪੈਦਾ ਕੀਤਾ, ਜੇ ਮੈਂ ਗਲਤ ਔਰਤ ਆ ਤੇ ਫਿਰ ਸਰ ਉਹਨੇ ਦੂਜਾ ਬੱਚਾ ਕਿਉਂ ਪੈਦਾ ਕੀਤਾ, ਮੇਰੀ ਬੇਟੀ 8 ਸਾਲ ਦੀ ਹੈ। ਰਣਜੀਤ ਮੈਡਮ ਬਹੁਤ ਬਹੁਤ ਮਿਹਰਬਾਨੀ, ਤੁਸੀਂ ਸਾਨੂੰ, ਅਸੀਂ ਚਾਹੁੰਦੇ ਸੀ ਕਿ ਤੁਹਾਡਾ ਵੀ ਪੱਖ ਲਿਆ ਜਾਵੇ, ਕਿਉਂਕਿ ਸਾਨੂੰ ਜੋ ਖਬਰਾਂ ਸਾਡੇ ਕੋਲ ਜੋ ਆਈਆਂ ਇਹ ਹੀ ਆਈਆਂ ਕਿ ਇਹ ਔਰਤ ਨੂੰ ਅਸੀਂ ਬਹੁਤ ਘੱਟ ਵੇਖਿਆ, ਬਹੁਤ ਘੱਟ ਵੇਖਿਆ ਇੱਥੇ ਔਰਤ ਨੂੰ, ਇਸ ਤੋਂ ਪਹਿਲਾਂ ਕਦੇ ਨਹੀਂ ਵੇਖਿਆ। ਅਸੀਂ ਚਾਹੁੰਦੇ ਸੀ ਕਿ ਖਬਰ ਪੂਰੀ ਕੀਤੀ ਜਾਵੇ ਤਾਂ ਕਿ ਤੁਹਾਡਾ ਪੱਖ ਵੀ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ। ਸੋ ਬਹੁਤ ਬਹੁਤ ਮਿਹਰਬਾਨੀ ਮੈਡਮ। ਸੋ ਦੋਸਤੋ, ਇਹ ਹੈ ਪਿਛਲੇ ਦਿਨੀ ਜਿਹੜੀ ਮੈਂ ਖਬਰ ਲਾਈ ਸੀ ਕਿ ਜਿਸ ਦੇ ਵਿੱਚ ਇੱਕ ਔਰਤ ਹੈ ਰਾਣੀ ਭੁੱਲਰ, ਜਿਹੜੀ ਕਿ ਸਿੰਗਰ ਹੈ, ਉਸਨੇ ਫੇਸਬੁੱਕ 'ਤੇ ਲਾਈਵ ਹੋ ਕੇ ਆਪਣੀ ਪੂਰੀ ਦੱਸਿਆ ਕਿ ਮੈਨੂੰ ਪਰਿਵਾਰ ਵੱਲੋਂ ਕੱਢਿਆ ਗਿਆ, ਔਰ ਪਰਿਵਾਰ ਸਹੁਰੇ ਪਰਿਵਾਰ ਦਾ ਇਹ ਦੁੱਖ ਹੈ ਕਿ ਇਹਨਾਂ ਦਾ ਆਪਸ ਵਿੱਚ ਹੀ ਲਵ ਮੈਰਿਜ ਹੋਈ ਸੀ, ਦੋਨੇ ਹੀ ਕਲਚਰ ਪ੍ਰੋਗਰਾਮ ਕਰਦੇ ਸੀ ਔਰ ਨਜ਼ਦੀਕੀਆਂ ਵਧੀਆ, ਇਹਨਾਂ ਦਾ ਪਿਆਰ ਹੋ ਗਿਆ, ਉਸ ਤੋਂ ਬਾਅਦ ਸ਼ਾਦੀ ਹੋ ਗਈ, ਔਰ ਜਦਕਿ ਇਹ ਵੀ ਕਹਿ ਰਹੇ ਨੇ ਕਿ ਇਸ ਔਰਤ ਨੂੰ ਅਸੀਂ ਪਿੰਡ ਵਿੱਚ ਕਦੇ ਨਹੀਂ ਵੇਖਿਆ ਇਸ ਤੋਂ ਪਹਿਲਾਂ। ਹੁਣ ਕੀ ਸੱਚਾਈ ਹੈ? ਇਹ ਤਾਂ ਸਾਰੀ ਤੁਹਾਡੀ ਅਦਾਲਤ ਵਿੱਚ ਹੈ, ਲੋਕਾਂ ਦੀ ਅਦਾਲਤ ਵਿੱਚ ਹੈ, ਅਕਾਲ ਪੁਰਖ ਦੀ ਅਦਾਲਤ ਦੇ ਵਿੱਚ ਹੈ। ਸੱਚਾਈ ਤਾਂ ਉਹੀ ਜਾਣ ਸਕਦਾ ਹੈ। ਸਾਡੀ ਖਬਰ ਤਾਂ ਕੰਪਲੀਟ ਹੋਈ ਹੈ ਕਿਉਂਕਿ ਅਸੀਂ ਮੈਡਮ ਰਾਣੀ ਦਾ ਪੱਖ ਵੀ ਲੈਣਾ ਜ਼ਰੂਰੀ ਸਮਝਦੇ ਸੀ। ਔਰ ਦੋਸਤੋ, ਧਰਮਵੀਰ ਗਿੱਲ ਜੋ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਡੇ ਨਾਲ ਜੁੜੇ ਸਨ, ਉਹਨਾਂ ਦੀ ਇਹ ਪੂਰੀ ਦੀ ਪੂਰੀ ਰਿਪੋਰਟ ਹੈ। ਹੁਣ ਕੀ ਸੱਚਾਈ ਹੈ, ਕੀ ਮਤਲਬ ਇਸ ਦੇ ਪਿੱਛੇ ਹੈ, ਇਹ ਸਾਰਾ ਜਾਂਚ ਦਾ ਵਿਸ਼ਾ ਹੈ, ਔਰ ਜਾਂਚ ਜੇ ਵਧੀਆ ਤਰੀਕੇ ਨਾਲ ਹੋਵੇ ਤਾਂ ਹੋ ਜਾਏਗਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ।